हेलो जी, सत श्री अकाल सारे नू। एक बार फिर तो क्वेश्चंस लैके आया जिहड़े रिसेंटली असैसर दे द्वारा पूछे गए आ, ते आपां इन्हां क्वेश्चंस बारे डिस्कस करांगे। लास्ट वीक ये टेस्ट होया वा मेलबर्न दे विच, ते जिहड़े असैसर सी एक औरत सी, लेडी सी, जिन्हें ये क्वेश्चन पूछे आ, कहड़े-कहड़े क्वेश्चन पूछे आ, जस्ट क्विकली विल गो दोज क्वेश्चन। जॉब रेट दे विच शेफ दीआं ड्यूटीज़ एंड रिसपोंसिबिलिटीज़ की होंदीआं वा, ਤੁਹਾਡਾ ਕਮਿਊਨੀਕੇਸ਼ਨ ਕਿੱਦਾਂ ਵਾ ਸਟਾਫ ਦੇ ਨਾਲ, ਕਿ ਤੁਸੀਂ ਆਪਦੇ ਸਟਾਫ ਦੇ ਨਾਲ ਕਿੱਦਾਂ ਕਮਿਊਨੀਕੇਸ਼ਨ ਕਰਦੇ ਹੋ, ਕਿਹੜੇ ਕਿਹੜੇ ਚੋਪਿੰਗ ਬੋਰਡ ਤੁਸੀਂ ਕਿਚਨ ਦੇ ਵਿੱਚ ਯੂਜ਼ ਕਰਦੇ ਹੋ, ਫਰਿੱਜਾਂ ਦੇ ਟੈਂਪਰੇਚਰ, ਕੂਲ ਰੂਮ ਦੇ ਟੈਂਪਰੇਚਰ ਅਤੇ ਫਰੀਜ਼ਰ ਦੇ ਟੈਂਪਰੇਚਰ, ਡਾਇਟਰੀ ਰਿਕੁਆਇਰਮੈਂਟਸ ਨੂੰ ਕਿੱਦਾਂ ਹੈਂਡਲ ਕਰਦੇ ਹੋ ਤੁਸੀਂ ਆਪਣੇ ਕਿਚਨ ਦੇ ਵਿੱਚ। ਇਸ ਤੋਂ ਇਲਾਵਾ ਕਿ ਤੁਸੀਂ ਨਾਈਫ ਨੂੰ ਕਿੱਦਾਂ ਕੈਰੀ ਕਰਦੇ ਹੋ, ਇਹ ਵੀ ਕੁਐਸਚਨ ਪੁੱਛਿਆ ਗਿਆ ਰੀਸੈਂਟਲੀ। ਹੈਜ਼ਰਡਸ ਕੀ ਹੁੰਦੇ ਆ, ਪੀਪੀ ਕੀ ਹੁੰਦੀ ਆ, ਇਹ ਵੀ ਕੁਐਸਚਨਸ ਪੁੱਛਿਆ ਗਿਆ ਉਹਨਾਂ ਨੇ। ਪਰਸਨਲ ਹਾਈਜੀਨ ਪ੍ਰੈਕਟਿਸਿਸ ਕਿਹੜੀਆਂ ਕਿਹੜੀਆਂ ਹੁੰਦੀਆਂ ਉਹਨਾਂ ਬਾਰੇ ਦੱਸੋ। ਤੁਹਾਡੀ ਮੈਨੀ ਦੇ ਵਿੱਚ ਕਿਹੜਾ ਗਲੂਟਨ ਫਰੀ ਹੈਗਾ ਜਾਂ ਕੀ ਗਲੂਟਨ ਫਰੀ ਹੈਗਾ, ਆਹ ਕੁਐਸਚਨ ਵੀ ਪੁੱਛਿਆ ਗਿਆ ਰੀਸੈਂਟਲੀ। ਤੁਸੀਂ ਕਿਹੜੇ ਸੈਕਸ਼ਨ ਦੇ ਵਿੱਚ ਜੋਬ ਕਰਦੇ ਹੋ ਜਾਂ ਕੰਮ ਕਰਦੇ ਹੋ, ਜਾਂ ਕਿਹੜਾ ਤੁਹਾਡਾ ਪ੍ਰੈਫਰੇਬਲ ਹੈ ਜਾਂ ਪਸੰਦੀਦਾ ਵਾ ਸੈਕਸ਼ਨ, ਅਤੇ ਤੁਸੀਂ ਪ੍ਰੈਪ ਲਿਸਟ ਕਿੱਦਾਂ ਬਣਾਉਂਦੇ ਹੋ, ਜਾਂ ਵਰਕ ਫਲੋ ਪਲਾਨ ਕਿੱਦਾਂ ਕਰਦੇ ਹੋ, ਜਾਂ ਫਿਰ ਤੁਸੀਂ ਟੂ ਡੂ ਲਿਸਟ ਕਿੱਦਾਂ ਬਣਾਉਂਦੇ ਹੋ, WHS ਕੀ ਹੁੰਦਾ ਵਾ, ਐਂਡ ਉਸ ਤੋਂ ਇਲਾਵਾ ਹੈਗੇ ਆ ਕਿ ਤੁਸੀਂ ਔਰਡਰ ਕਿੱਦਾਂ ਕਰਦੇ ਹੋ, ਸਟੱਫ ਜਿਹੜੀ ਆਪਣੀ ਔਰਡਰਿੰਗ ਕਰਦੇ ਹੋ, ਆਪਦੇ ਸਪਲਾਇਰ ਕੋਲ ਕਿੱਦਾਂ ਔਰਡਰਿੰਗ ਕਰਦੇ ਹੋ, ਜਾਂ ਕੀ ਉਹਦਾ ਤਰੀਕਾ ਹੈਗਾ ਵਾ। ਅਤੇ ਉਸ ਤੋਂ ਬਾਅਦ ਸਸਟੇਨੇਬਿਲਿਟੀ ਵਰਕ ਪ੍ਰੈਕਟਿਸਿਸ ਕੀ ਹੁੰਦਾ ਵਾ, ਉਹਦੇ ਬਾਰੇ ਉਹਨਾਂ ਨੇ ਪੁੱਛਿਆ, ਮੈਲਿੰਗ ਪਲਾਨਿੰਗ ਬਾਰੇ ਪੁੱਛਿਆ, ਮੈਨੂਅਲ ਹੈਂਡਲਿੰਗ ਬਾਰੇ ਪੁੱਛਿਆ, ਹਾਊ ਟੂ ਰਿਸੀਵ ਡਿਲੀਵਰੀ, ਇਹਦੇ ਇਹ ਵੀ ਕੁਐਸਚਨ ਉਹਨਾਂ ਨੇ ਪੁੱਛਿਆ। ਕੂਲਿੰਗ ਮੈਥਡ ਬਾਰੇ ਪੁੱਛਿਆ, ਜਿਹੜਾ 2-4 ਆਵਰ ਰੂਲਸ ਦੇ ਨਾਲ ਆਪਾਂ ਗੱਲ ਕਰਦੇ ਹਾਂ, ਅਤੇ ਫੂਡ ਕੋਸਟਿੰਗ ਬਾਰੇ ਪੁੱਛਿਆ, ਆਹ ਕੁਐਸਚਨ ਪੁੱਛਿਆ। ਪਲੱਸ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿਚਨ ਦੇ ਵਿੱਚ ਕੰਮ ਕਰਦਿਆਂ ਨੂੰ, ਜਾਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ, ਆਹ ਕੁਐਸਚਨ ਪੁੱਛਿਆ ਗਿਆ। ਤੁਹਾਡੀ ਕਿਚਨ ਦੇ ਵਿੱਚ ਸਟਾਰਟ ਡੇਟ ਕਿਹੜੀ ਸੀ, ਕਦੋਂ ਤੋਂ ਤੁਸੀਂ ਕਿਚਨ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਤੁਸੀਂ ਕਿਸੇ ਹੋਰ ਕਿਚਨ ਦੇ ਵਿੱਚ ਕੰਮ ਕਰਦੇ ਹੋ, ਆਹ ਉਹਨਾਂ ਨੇ ਕੁਐਸਚਨ ਪੁੱਛਿਆ। ਅਤੇ ਲਾਸਟ ਕੁਐਸਚਨ ਉਹਦੇ ਵਿੱਚ ਪੁੱਛਿਆ ਫੀਫੋ, ਇਹ ਜਿਹੜੇ ਕੁਐਸਚਨ ਉਹਨਾਂ ਨੇ ਪੁੱਛੇ ਸੀ, ਉਹਨਾਂ ਨੇ ਨਾ 45 ਮਿੰਟ ਉਹਨਾਂ ਦਾ ਟੈਸਟ ਚੱਲਿਆ, ਅਤੇ ਉਹ ਵੈਜੀਟੇਰੀਅਨ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀਗੇ, ਅਤੇ ਉਹਨਾਂ ਦਾ ਟੈਸਟ ਬਿਲਕੁਲ ਓਕੇ ਗਿਆ ਵਾ, ਐਗਜ਼ਾਮਿਨਰ ਵਾਜ਼ ਵੈਰੀ ਖੁਸ਼, ਅਤੇ ਉਹਨਾਂ ਨੇ ਉਹਨਾਂ ਨੂੰ ਦੱਸਤਾ ਸੀ ਕਿ ਤੁਸੀਂ ਪਾਸ ਹੋ, ਉਹਨਾਂ ਦੇ ਜਦੋਂ ਟੈਸਟ ਖਤਮ ਹੋਇਆ ਨਾਲ ਦੀ ਨਾਲ ਉਹਨਾਂ ਨੇ ਦੱਸਤਾ ਸੀ ਕਿ ਤੁਸੀਂ ਬਹੁਤ ਵਧੀਆ ਕੀਤਾ। ਅਤੇ ਆਈ ਹੋਪ ਇਹ ਕੁਐਸਚਨ ਤੁਹਾਨੂੰ ਹੈਲਪ ਕਰਨਗੇ। ਜੇ ਤੁਹਾਨੂੰ ਵਧੇਰੇ ਜਾਣਕਾਰੀ ਇਹਨਾਂ ਕੁਐਸਚਨਾਂ ਦੇ ਆਂਸਰ ਚਾਹੀਦੇ, ਤਾਂ ਮੈਂ ਸਾਰੀਆਂ ਵੀਡੀਓਜ਼ ਆਪਣੇ ਚੈਨਲ 'ਤੇ ਪੋਸਟ ਕਰ ਰਿਹਾ ਕੰਟੀਨਿਊਸਲੀ, ਅਤੇ ਤੁਹਾਨੂੰ ਕਿਸੇ ਦੀ ਰਿਕੁਐਸਟ ਕਰਨ ਦੀ ਨਹੀਂ ਲੋੜ, ਸੋ ਯੂ ਕੈਨ ਗੋ ਐਂਡ ਵਾਚ ਦੇ ਸ਼ੈਫ ਚੈਨਲ ਦਾ ਨਾਮ ਹੈਗਾ ਸ਼ੈਫ ਸੋਮਜੀਤ ਸਿੰਘ, ਜਾਓ ਅਤੇ ਉੱਥੇ ਜਾ ਕੇ ਦੇਖੋ ਸਾਰੀਆਂ ਵੀਡੀਓਜ਼, ਇਹਨਾਂ ਦੇ ਆਂਸਰ ਆ ਵਿਲ ਪੋਸਟ ਦੇ। ਆਈ ਹੋਪ ਦੀਸ ਵੀਡੀਓਜ਼ ਆਰ ਹੈਲਪਿੰਗ ਯੂ, ਇਫ ਐਨੀ ਕੰਸਰਨ ਫੀਲ ਫਰੀ ਟੂ ਗੈਟ ਇਨ ਟੱਚ ਵਿਦ ਮੀ। ਥੈਂਕ ਯੂ ਸੋ ਮਚ, ਵਾਹਿਗੁਰੂ ਮਿਹਰ ਕਰੇ।